ਕਿਤਰਾਂ ਦਾ ਲੱਗੂਗਾ ਮੇਰੇ ਵਾਸਤੇ ਤਾਂ ਭਰਾਵਾ ਸਭ ਤੋਂ ਕੰਪਲੀਟ ਹੋ ਰਿਹਾ ਕੋਬਰਾ। ਹਾਂਜੀ ਤੇ ਕਿੱਦਾਂ ਫਿਰ ਤੁਸੀਂ ਸਾਰੇ ਜਾਣੀ ਕਹਿੰਦੇ ਅੱਜ ਫਿਰ ਤਾਂ ਆਪਾਂ ਕਾਈਟ ਵਲੋਗ ਲੈ ਕੇ ਆਏ ਹਾਂ ਪਰ ਕਹਿੰਦੇ ਆਪਾਂ ਪਿਛਲਾ ਗੱਟੂ ਖੋਲਿਆ ਸੀ ਜਿਹੜਾ ਕੋਬਰਾ ਗੋਲਡ ਗੱਟੂ ਉਹੀ ਆਪਾਂ ਖੋਲਿਆ ਤੇ ਕਹਿੰਦੇ ਉਹਦੇ ਨਾਲ ਹੀ ਆਪਾਂ ਡੋਲ ਕੇ ਗੁੱਡੀ ਤੇ ਉੱਧਰ ਪਿੱਛੇ ਵੇਖ ਸਕਦੇ ਭਰਾਵਾ ਬਿਲਕੁਲ ਵੀ ਵਾਹ ਨਹੀਂ ਚੱਲਣ ਦੀ ਅੱਜ ਕਰਦੇ ਹਾਂ ਸਟਾਰਟ ਤੇ ਜੈਨ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਤਲਾਵਾਂ ਤਲੂਵਾਂ ਆਪਾਂ ਕੋਬਰੇ ਵਾਲੇ ਗੱਟੂ ਨਾਲ ਪਾ ਲਈਆਂ ਆ ਤੇ ਬਾਕੀ ਇੱਧਰੋਂ ਕਹਿੰਦੇ ਆਪਣੀ ਵੀ ਚਿੱਟੀ ਗੁੱਡੀ ਉੱਡਦੀ ਪਈ ਆ ਤੇ ਉਹਨੇ ਵੀ ਕਹਿੰਦੇ ਜਿੰਨੇ ਪਿੱਛੋਂ ਗੁੱਡੀ ਉਡਾਈ ਪਤਾ ਨਹੀਂ ਕਿੰਨੇ ਤੇ ਬਾਕੀ ਕਹਿੰਦੇ ਇੱਧਰੋਂ ਆਪਾਂ ਲਾਉਣ ਜਾ ਰਹੇ ਹੁਣ ਪੇਚਾ ਵਾਹ ਤੇ ਇੱਧਰ ਦੀ ਇਹਦੇ ਪਤੰਗ ਕਿਉਂ ਉੱਧਰ ਨੂੰ ਗਈ ਗਈ ਸੀ ਇੱਕ ਇੱਧਰ ਨੂੰ ਆਇਆ ਜਦੋਂ ਮੈਂ ਉੱਪਰ ਆਈ ਇੱਧਰ ਨੂੰ ਜਾਣ ਡੀ ਸੀ ਕਹਿੰਦੇ ਪੇਚਾ ਲਾਉਣ ਗਾਈਜ਼ ਆ ਚੁੱਕਿਆ ਤੇ ਬਾਕੀ ਕਹਿੰਦੇ ਗਾਈਜ਼ ਵਾਲੀ ਗੁੱਡੀ ਨਾਲ ਆਪਾਂ ਲਾਉਣ ਲੱਗਿਆ ਪੇਚਾ ਤੇ ਖੈਂਜਮ ਖੈਂਜੀ ਕੰਮ ਹੋ ਰਿਹਾ ਕਹਿੰਦੇ ਉਹਨੇ ਗੁੱਡੀ ਆਪਣੇ ਸਾਡੇ ਘਰ ਦੇ ਲਾਗੇ ਲਾ ਲਈ ਹੈ ਤੇ ਇੱਧਰੋਂ ਕਹਿੰਦੇ ਆਪਾਂ ਵੀ ਖੈਂਜਮ ਖੈਂਜੀ ਕੰਮ ਕਰ ਰਹੇ ਹਾਂ ਤੇ ਕਹਿੰਦੇ ਇੱਧਰੋਂ ਅੱਜ ਹੋਏਗੀ ਡੋਰ ਟੈਸਟਿੰਗ ਤੇ ਅੱਜ ਡੋਰ ਟੈਸਟਿੰਗ ਦੀ ਵੀਡੀਓ ਬਣ ਜੂਗੀ ਕਹਿੰਦੇ ਕੱਲ੍ਹ ਕੋਈ ਗੁੱਡੀ ਨਹੀਂ ਉੱਡਣ ਦੀ ਇਸ ਕਰਕੇ ਆਪਾਂ ਡੋਰ ਟੈਸਟਿੰਗ ਦੀ ਵੀਡੀਓ ਨਹੀਂ ਬਣਾਈ ਤੇ ਇੱਧਰੋਂ ਕਹਿੰਦੇ ਪੇਚਾ ਲੱਗਣ ਜਾ ਰਿਹਾ ਤੇ ਉਹਨੇ ਪਾ ਲਈ ਆਪਾਂ ਪਾ ਲਈ ਉੱਤੋਂ ਉਹਨੇ ਪਾ ਲਈ ਥੱਲੋ ਗੁੱਡੀ ਕੀ ਕਰਨ ਦੇ ਆ ਪਹਿਲੇ ਡੋਰ ਖਰਾਬ ਕਰ ਦਿੰਦੇ ਆ ਉਹ ਭਰਾਵਾ ਡੋਰ ਦੇ ਗੁੰਝਲ ਨਾ ਪਾਈ ਚਪੇੜ ਵੱਜਾ ਨਹੀਂ ਡੈਫੀ ਨਹੀਂ ਤਾਂ ਭੱਜ ਜਾ ਥੱਲੇ ਜੇ ਡੋਰ ਦੇ ਗੁੰਝਲ ਪੈ ਗਏ ਮੈਂ ਤੇਰੇ ਗੁੰਝਲ ਪਾ ਦੇਣੇ ਖੇ ਖਿੱਚ ਦੇ ਉਹ ਉਧਰ ਵਾਂਗੂ ਹੀ ਵੱਢਣੀ ਉਹਦੀ ਕਿਹਦੀ ਲੈ ਮਾਮਾ ਕੋਈ ਗੁੱਡੀ ਉੱਡੀ ਉਹ ਤੇ ਸਾਡੀ ਗੁੱਡੀਆਂ ਨੂੰ ਕਲਹਿਣ ਪੈ ਜਾਂਦਾ ਸੀ ਨਾਲ ਹੀ ਗੁੱਡੀ ਪਾੜ ਗਈ ਆਪਣੀ ਥੋੜ੍ਹੀ ਹੁਣ ਵਾਹ ਚੱਲਣ ਲੱਗ ਗਈ ਨਾ ਤਾਂ ਫਿਰ ਗੁੱਡੀਆਂ ਉੱਡਣੀਆਂ ਸ਼ੁਰੂ ਹੋ ਜਾਣੀਆਂ ਵਾ ਕਿਉਂਕਿ ਧੁੱਪ ਅੱਜ ਘੱਟ ਹੀ ਆ ਨਹੀਂ ਤਾਂ ਇਹ ਵੇਲੇ ਤੀਕਰ ਧੁੱਪ ਬਹੁਤ ਹੁੰਦੀ ਆ ਚੱਕ ਅਪੜੀ ਗਈ ਓ ਤੇ ਗਾਈਜ਼ ਵਾਲੀ ਦੂਜੀ ਗੁੱਡੀ ਨੂੰ ਕਹਿੰਦੇ ਤਲਾਵਾਂ ਪਾਈ ਜਾਣਗੀਆਂ ਤੇ ਉਹ ਰਿਹਾ ਗਾਈਜ਼ ਵਾਲਾ ਗੱਟੂ ਤੇ ਬਾਕੀ ਕਹਿੰਦੇ ਦੂਜੀ ਗੁੱਡੀ ਕਹਿੰਦੇ ਆਪਾਂ ਗਾਈਜ਼ ਵਾਲੀ ਡੋਣ ਲੱਗੇ ਹਾਂ ਤੇ ਇੱਧਰੋਂ ਕਹਿੰਦੇ ਆਪਾਂ ਚਾੜਤੀ ਆ ਗੁੱਡੀ ਆਪਣੀ ਸਿੱਖਣਾ ਤੇ ਉੱਧਰੋਂ ਕਹਿੰਦੇ ਉਹਦੀ ਲੱਗੀ ਹੋਈ ਹੈ ਤੇ ਬਾਕੀ ਕਹਿੰਦੇ ਆਪਾਂ ਪੇਚਾ ਲਾਉਂਦੇ ਹਾਂ ਅੱਜ ਤੇ ਭਰਾਵਾ ਥੋੜ੍ਹਾ ਜਿਹਾ ਗਲਾ ਖਰਾਬ ਹੋ ਗਿਆ ਆਪਣਾ ਕੀ ਕਹਿੰਦੇ ਆਪਾਂ ਆਪਣੀ ਗੁੱਡੀ ਫਿਰ ਤੋਂ ਚਾੜਦੀ ਆ ਸਿਖਰਾਂ ਦੇ ਤੇ ਉਹਦੀ ਗੁੱਡੀ ਹਾਲੇ ਭਰਾਵਾ ਬਹੁਤ ਦੂਰ ਲੱਗਿਆ ਤੇ ਇਹਨੇ ਇੱਕਦਮ ਹੀ ਕਹਿੰਦੇ ਪੇਚਾ ਲਾਉਣਾ ਹੈ ਤੇ ਜਦੋਂ ਸਾਨੂੰ ਨਹੀਂ ਪਤਾ ਲੱਗਣਾ ਜਿਨ ਜਿਹਨੂੰ ਸਾਨੂੰ ਪਤਾ ਲੱਗਣਾ ਉਹਨੇ ਜਿਹਨੂੰ ਕਹਿੰਦੇ ਆਪਣੀ ਗੁੱਡੀ ਵੱਢੀ ਜਾਣੀ ਹੈ ਤੇ ਬਾਕੀ ਕਹਿੰਦੇ ਉਹਦੀ ਗੁੱਡੀ ਹਾਲੇ ਬਹੁਤ ਦੂਰ ਹੈ ਤੇ ਇਸ ਕਰਕੇ ਆਪਾਂ ਵਧਾਈ ਜਾ ਰਹੇ ਹਾਂ ਡੰਗਰਾਂ ਵਾਂਗੂ ਨਾ ਵਧਾ ਕਿਉਂਕਿ ਗੱਟੂ ਅੱਗੇ ਬੜੀ ਮੁਸ਼ਕਲ ਮਿਲਦੇ ਪਏ ਆ ਵਾਹ ਇੰਨੀ ਕੀ ਰੱਖੁੰਦੇ ਆ ਭੈਣਾ ਪੇਚਾ ਲਾਉਣ ਤੋਂ ਕਹਿੰਦੇ ਇਹਨੇ ਫਿਰ ਤੋਂ ਥੱਲੇ ਕਰ ਲਿਆ ਤੇ ਇੱਧਰੋਂ ਕਹਿੰਦੇ ਆਪਣਾ ਪੇਚਾ ਲੱਗਣ ਜਾ ਰਿਹਾ ਤੇ ਇੱਧਰੋਂ ਕਹਿੰਦੇ ਖਿੱਚਮ ਖਿੰਜੀ ਕੰਮ ਹੋਣ ਲੱਗਾ ਕਿਉਂਕਿ ਆਪਣੀ ਗੁੱਡੀ ਰਹੀ ਆ ਤੇ ਇੱਦੀ ਰਹੀ ਆ ਭਰਾਵਾ ਗੁੱਡੀਆਂ ਇੱਕੋ ਜਿਹੀਆਂ ਪਤਾ ਵੀ ਨਹੀਂ ਲੱਗਦਾ ਲੱਗਾ ਲਗਾਈ ਇੱਕ ਦੋ ਤਿੰਨ ਵੱਜ ਗਿਆ ਖਿੰਚਾ ਖਿੰਜਮ ਵਾਹ ਵੱਡੀ ਤਾਂ ਨਹੀਂ ਗਈ ਚੱਕ ਆਪਣੀ ਗਈ ਓ ਵਿੱਚ ਗਿਆ ਹੁਣ ਉੱਮ ਕੇ ਵੀ ਲੈ ਗਿਆ ਟੁੱਟ ਜਾਵੇ ਟੁੱਟ ਜੇ ਆਪਣੀ ਡੋਰ ਹੀ ਇਸ ਤਰ੍ਹਾਂ ਦੀ ਟੁੱਟ ਜਾਵੇ ਕਹਿੰਦੇ ਲਿਪਾ ਪੋਤੀ ਹੋ ਰਹੀ ਆ ਆਪਣੀ ਗੁੱਡੀ ਦੀ ਕਿਉਂਕਿ ਇਹ ਥੋੜ੍ਹੀ ਜਿਹੀ ਪਾਟੀ ਹੋਈ ਹੈ ਤੇ ਬਾਕੀ ਕਹਿੰਦੇ ਇਹਨੂੰ ਆਪਾਂ ਡੋ ਲੱਗੇ ਹਾਂ ਤੇ ਉੱਧਰੋਂ ਵੀ ਪਤੰਗ ਆ ਗਈ ਉਹ ਕੋਈ ਵੀ ਨਹੀਂ ਹੈਗਾ ਉੱਤੇ ਭਰਾਵਾ ਪਤਾ ਹੀ ਨਹੀਂ ਪਤੰਗ ਪਰ ਇਹ ਜਾਣੀ ਇੱਧਰ ਨੂੰ ਸਿੱਧੀ ਆਉਂਦੀ ਉਹ ਸਹਿਜ ਸਿੱਧੀ ਆਉਂਦੀ ਉਹ ਕਹਿੰਦੇ ਉਹਨੇ ਫਿਰ ਤੋਂ ਇੱਧਰੋਂ ਗੁੱਡੀ ਡਾਲਤੀ ਹੈ ਤੇ ਆਪਣੀ ਗੱਡੀ ਕਹਿੰਦੇ ਉੱਧਰ ਕਹਿੰਦੇ ਆਪਾਂ ਹੁਣ ਕਾਲੇ ਰੰਗ ਦੀ ਡਾਈ ਭਰਾਵਾ ਇਸ ਤਰ੍ਹਾਂ ਪੇਚੇ ਦੇ ਪਤਾ ਨਹੀਂ ਲੱਗਦਾ ਕਿਹਦੀ ਵੱਡੀ ਜਾਂਦੀ ਤੇ ਕਿਹਦੀ ਨਹੀਂ ਤੇ ਬਾਕੀ ਕਹਿੰਦੇ ਇੱਧਰੋਂ ਇਹਨੇ ਚਿੱਟੀ ਰੰਗ ਦੀ ਫਿਰ ਉਹੀ ਗੁੱਡੀ ਡਾਲਤੀ ਪਤਾ ਨਹੀਂ ਉਹਨੇ ਆਪਣੀ ਡਾਈ ਕਹਿ ਦਿਆ ਸਾਡੇ ਵਾਲੀ ਡਾਈ ਆ ਤੇ ਬਾਕੀ ਕਹਿੰਦੇ ਇੱਧਰੋਂ ਆਪਾਂ ਗੁੱਡੀ ਡਾਲਤੀ ਹੈ ਤੇ ਸਾਡੀ ਗੁੱਡੀ ਘਮੇਰੀਆਂ ਖਾਈ ਜਾਂਦੀ ਹੈ ਘਮੇਰੀਆਂ ਖਾਣ ਤੋਂ ਇਹ ਪਤਾ ਲੱਗਦਾ ਕਿ ਆਹ ਵਾਲੀ ਗੁੱਡੀ ਵੱਢ ਕੇ ਹੀ ਆਊਗੀ ਤੇ ਇੱਧਰੋਂ ਕਹਿੰਦੇ ਪਤੰਗਾਂ ਨਾਲ ਕਹਿੰਦੀ ਇੱਧਰੋਂ ਕਹਿੰਦੇ ਗੁੱਡੀਆਂ ਦਾ ਪਤੰਗ ਪੇਚਾ ਲੱਗ ਰਿਹਾ ਤੇ ਕਈ ਸਟੇਟ ਦੇ ਵਿੱਚ ਇਹਨੂੰ ਪਤੰਗ ਕਹਿੰਦੇ ਆ ਤੇ ਸਾਡੇ ਭਰਾਵਾ ਇੱਥੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹਨੂੰ ਕਹਿੰਦੇ ਪਤੰਗ ਯਾਰ ਇੱਥੇ ਇਹੀ ਆਉਣੇ ਜਦੋਂ ਥੋੜ੍ਹੀ ਜਿਹੀ ਉਹ ਹੋਵੇ ਇਹਨੂੰ ਕਹਿੰਦੇ ਗਾਈਜ਼ ਪਤੰਗ ਸਾਡੇ ਇੱਥੇ ਤੇ ਇਹਨੂੰ ਕਹਿੰਦੇ ਆ ਗੁੱਡੀ ਮਾਲਵੇ ਜਿਹੜੇ ਮਾਲਵੇ ਦੁਆਬੇ ਵਾਲੇ ਜਿਹੜੇ ਵੀ ਮਰਜ਼ੀ ਉਹ ਵੀ ਉਹ ਪਤੰਗ ਹੀ ਕਹਿੰਦੇ ਆ ਉਹ ਆ ਗਈ ਪਤੰਗ
ਤੇ ਦੂਜੀ ਗੁੱਡੀ ਕਹਿੰਦੇ ਉਹਨੇ ਹਾਡੇ ਵਾਲੀ ਡਾਹਤੀ ਹੈ ਤੇ ਇੱਧਰੋਂ ਕਹਿੰਦੇ ਆਪਣੀ ਗੁੱਡੀ ਕਹਿੰਦੇ ਸੀਗਰਾਂ ਦੇ ਹੀ ਚੜ੍ਹੀ ਜਾਂਦੀ ਹੈ ਤੇ ਬਾਕੀ ਕਹਿੰਦੇ ਉੱਧਰੋਂ ਪਤੰਗਾਂ ਦੇ ਪਤੰਗਾਂ ਆ ਰਹੀਆਂ ਭਰਾਵਾ ਉੱਧਰ ਨੂੰ ਵੀ ਪਤੰਗਾਂ ਆ ਜਾਈ ਜਾਂਦੀਆਂ ਇੱਧਰ ਨੂੰ ਵੀ ਆ ਜਾਓ ਪਤੰਗੋ ਤੇ ਬਾਕੀ ਕਹਿੰਦੇ ਕਿ ਇੱਧਰੋਂ ਆਪਾਂ ਪੇਚਾ ਲਾਵਾਂਗੇ ਹੁਣ ਫਿਰ ਤੇ ਫਿਰ ਕਹਿੰਦੇ ਇਹਨੂੰ ਝਟਕਾ ਪੈਣਾ ਹੈ ਇੱਕੋ ਝਟਕਾ ਪੈਣਾ ਫਿਰ ਇਹਨੇ ਦੂਜੀ ਗੁੱਡੀ ਤੀਜੀ ਗੁੱਡੀ ਡਾਉਣੀ ਨਹੀਂ ਦੂਜੀ ਤਾਂ ਖੈਰ ਡਾਹਤੀ ਆ ਇਹਨੇ ਆਪਣੀਆਂ ਦੋ ਵੱਡੀਆਂ ਅਸੀਂ ਵੀ ਦੀਆਂ ਦੋ ਵੱਢਣੀਆਂ ਕਹਿੰਦੇ ਪੇਚਾ ਲਾਉਣ ਕਹਿੰਦੇ ਆ ਗਿਆ ਤੇ ਇੱਧਰੋਂ ਕਹਿੰਦੇ ਆਪਾਂ ਥੱਲੋ ਪਾਤੀ ਆ ਜੀ ਕਹਿੰਦੇ ਉਹਦੀ ਹਮੇਸ਼ਾ ਉੱਤੋਂ ਹੀ ਪਈ ਰਹਿੰਦੀ ਹੈ ਤੇ ਬਾਕੀ ਕਹਿੰਦੇ ਹੁਣ ਆਪਾਂ ਇੱਧਰੋਂ ਗੰਜਮ ਗੰਜੀ ਕੰਮ ਹੋਣ ਲੱਗਾ ਤੇ ਉਹਨੇ ਕਹਿੰਦੇ ਪੂਰੀ ਥੱਲੇ ਕਰ ਲਿਆ ਚੱਕ ਆਪਣੀ ਗਈ ਉਹ ਕਹਿੰਦੇ ਇੰਨੀ ਫੁਕਰੀ ਨਹੀਂ ਮਾਰਨੀ ਚਾਹੀਦੀ ਤੇ ਆਪਾਂ ਨੂੰ ਕਹਿੰਦੇ ਵਲੇਟਾ ਪੈ ਚੁੱਕਿਆ ਤੇ ਇਸੇ ਕਦੇ ਨਾਲ ਕਹਿੰਦੇ ਆਪਾਂ ਦੂਜੀ ਗੁੱਡੀ ਨੂੰ ਤਲਾ ਪਾਉਣ ਲੱਗੇ ਹਾਂ ਜਿਹੜੀ ਕਿ ਆਪਣੀ ਆਖਰੀ ਗੁੱਡੀ ਹੈਗੀ ਆ ਤੇ ਇੱਕ ਗੁੱਡੀ ਦਾ ਕਹਿੰਦੇ ਇਹਨੇ ਤੀਲਾ ਹੀ ਤੋੜ ਛੱਡਿਆ ਹੈ ਇਹਨੂੰ ਅਗਲੇ ਨਹੀਂ ਲੈਂਦੇ ਆਉਂਦੇ ਸਾਰੀ ਨੇ ਤੀਲਾ ਤੋੜਦਾ ਮੁੱਟ ਕੱਢਦਾ ਉਹਦਾ ਪਹਿਲਾਂ ਹੀ ਬਾਕੀ ਕਹਿੰਦੇ ਆਪਾਂ ਆਪਣੀ ਗੁੱਡੀ ਕਹਿੰਦੇ ਫਿਰ ਤੋਂ ਸਿਖਰਾਂ ਦੇ ਚਾੜਤੀ ਆ ਤੇ ਉਧਰੋਂ ਕਹਿੰਦੇ ਉਹ ਵੀ ਥੱਲੇ ਆਈ ਜਾਂਦਾ ਨਾਲੋਂ ਨਾਲ ਹੀ ਜਦੋਂ ਜਦੋਂ ਆਪਣੀ ਗੁੱਡੀ ਵਧੀ ਜਾਂਦੀ ਹੈ ਤੇ ਉਹਨਾਂ ਉਹਦਾ ਹੀ ਉਹ ਥੱਲੇ ਆਈ ਜਾਂਦਾ ਤੇ ਬਾਕੀ ਕਹਿੰਦੇ ਹੁਣ ਲੱਗਣ ਲੱਗਾ ਆਪਣਾ ਖਿੰਜਮ ਖਿੰਜੀ ਪੇਚਾ ਤੇ ਸ਼ਾਇਦ ਹੁਣ ਆਪਾਂ ਵੱਢ ਆਵਾਂਗੇ ਸ਼ਾਇਦ ਪੱਕਾ ਨਹੀਂ ਮੈਂ ਕਹਿ ਸਕਦੀ ਜਦੋਂ ਭਰਾਵਾਂ ਮੈਂ ਵੀਡੀਓ ਸ਼ੁਰੂ ਕੀਤੀ ਉਦੋਂ ਇਹਨੇ ਤਾਂ ਚੁੱਕ ਲਈ ਤੇ ਬਾਕੀ ਕਹਿੰਦੇ ਇੱਧਰੋਂ ਲੱਗਣ ਲੱਗਾ ਖਿੰਜਮ ਖਿੰਜੀ ਪੇਚਾ ਵਲੇਟਾ ਮਾਰ ਵਲੇਟਾ ਮਾਰ ਵਲੇਟਾ ਚੱਕ ਜਾਂਦੀ ਏ ਅਗਲਾ ਵੇ ਹੋ ਜਾਂਦੀ ਯਮਲਾ ਪਿਆ ਨੂੰ ਯਮਲਾ ਕਹਿੰਦੇ ਤੀਜੀ ਗੁੱਡੀ ਉਹਨੇ ਨਹੀਂ ਡਾਈ ਤੇ ਇਸ ਕਰਕੇ ਕਹਿੰਦੇ ਆਪਾਂ ਆਪਣੀ ਗੁੱਡੀ ਲਾਉਣ ਲੱਗੇ ਹਾਂ ਥੱਲੇ ਤੇ ਬਾਕੀ ਕਹਿੰਦੇ ਆ ਗੁੱਡੀ ਲਾਉਣ ਲੱਗੇ ਆਪਾਂ ਥੱਲੇ ਤੇ ਗੁੱਡੀ ਲਾ ਕੇ ਫਿਰ ਮਿਲਦੇ ਹਾਂ ਕਹਿੰਦੇ ਆਪਾਂ ਆਪਣੀ ਗੁੱਡੀ ਲਾ ਲਈ ਆ ਥੱਲੇ ਕਿਉਂਕਿ ਉਹਨੇ ਤੀਜੀ ਭਰਾਵਾ ਗੁੱਡੀ ਨਹੀਂ ਡਾਈ ਤੇ ਇਹਦੇ ਨਾਲ ਆਪਾਂ ਕਹਿੰਦੇ ਵੱਡੀਆਂ ਦੋ ਗੁੱਡੀਆਂ ਤੇ ਉਹਨੇ ਆਪਣੀਆਂ ਤਿੰਨ ਵੱਡੀਆਂ ਤਿੰਨ ਚਾਰ ਗੁੱਡੀਆਂ ਗੁੱਡੀਆਂ ਉਹਨੇ ਆਪਣੀਆਂ ਤੇ ਬਾਕੀ ਕਹਿੰਦੇ ਆ ਡੋਰ ਮੇਰੇ ਵਾਸਤੇ ਤਾਂ ਪੂਰੀ ਬਿਲਕੁਲ ਬਿਲਕੁਲ ਨਿਕੰਮੀ ਡੋਰ ਹੈਗੀ ਆ ਕੋਬਰਾ ਡੋਰ ਪ੍ਰਵਾ ਮੈਂ ਯੂਟਿਊਬ ਤੇ ਸਰਚ ਕੀਤਾ ਸੀ ਕਿੰਨੇ ਜਣਿਆਂ ਨੇ ਕੋਬਰਾ ਮਤਲਬ ਗੱਟੂ ਦੀ ਵੀਡੀਓ ਬਣਾਈ ਆ ਸਾਨੂੰ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗੂਗਾ ਮੇਰੇ ਵਾਸਤੇ ਤਾਂ ਭਰਾਵਾ ਸਭ ਤੋਂ ਨਿਕੰਮੀ ਡੋਰ ਆ ਕੋਬਰਾ ਕਹਿੰਦੇ ਆ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ